ਸਤਿ ਸ੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸ੍ਰੋਤਿਆਂ ਨੂੰ ਜੀ ਆਇਆਂ ਨੂੰ ਜੀ ਕਾਰ ਦੇ ਅੰਦਰ ਮਿਲੀ ਪਰਿਵਾਰ ਦੇ ਚਾਰ ਜੀਆਂ ਨੂੰ ਦਰਦਨਾਕ ਮੌਤ ਇਲਾਕੇ 'ਚ ਫੈਲੀ ਸੰਸਨੀ ਤਾਜ਼ਾ ਵਦੀ ਗੱਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਨਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ ਦਿੱਤੇ ਜਾਏਗਾ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਉਨ ਇਤੇ ਘਰ ਵਿੱਚ ਹੀ ਚਾਰ ਪਰਿਵਾਰਕ ਮੈਂਬਰਾਂ ਦੀ ਹੋਈ ਮੌਤ ਪ੍ਰਾਪਤ ਜਾਣਕਾਰੀ ਸਰੇਕੜਨ ਜodhpur ਤੋਂ ਸਾਹਮਣੇ ਆਈ ਹੈ ਜਿੱਥੇ ਇਸ ਖੇਤਰ ਦੇ ਦਿਨ ਆਉਣ ਵਾਲਾ ਰਾਤਾਂ ਨਾਡਾ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕੱਪੜੇ ਦਾ ਵਪਾਰੀ ਜਿੱਥੇ ਇੱਕ ਅਪਾਰਟਮੈਂਟ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ ਉਹ ਤੇ ਬੀਤਿ ਰਾਤ ਉਸ ਵੱਲ ਆਪਣੀ ਪਤਨੀ ਤੇ ਦੋ ਬੇਟੀਆਂ ਦੀ ਹੱਤਿਆ ਕਰਨ ਤੋਂ ਬਾਅਦ ਆਪਣੀ ਜਿਵਨ ਲਾਸਤ ਕਰ ਲਈ ਗਈ ਇਸ ਪਰ ਘਟਨਾ ਦਾ ਉਸੇ ਨੂੰ ਪਤਾ ਲੱਗਾ ਜੋ ਸਵੇਰੇ ਦੇ ਸਮੇਂ ਇਸ ਪਰਿਵਾਰ ਵਿੱਚ ਕੋਈ ਪਰਿਵਾਰਕ ਮੈਂਬਰ ਬਾਹਰ ਨਾ ਆਇਆ ਤਾਂ 8 ਗਵਾਂਡੇ ਲੋਕਾਂ ਨੂੰ ਸ਼ੱਕ ਹੋਣ ਤੇ ਪਰਿਵਾਰ ਨੂੰ ਕਈ ਆਵਾਜ਼ਾਂ ਲਗਾਏਗੇ ਪਰ ਕੋਈ ਜਵਾਬ ਨਾ ਉੰਤਿਸ ਘਟਨਾ ਦੀ ਸੂਚਨਾ ਲਈ ਸਹਾਰ ਨੂੰ ਦਿੱਤੀ ਗਈ ਉਹ ਦੇ ਰਿਸ਼ਤੇਦਾਰਾਂ ਵੱਲੋਂ ਮੌਕੇ ਤੇ ਪਹੁੰਚ ਕੇ ਆਸ-ਪਾਸ ਦੇ ਲੋਕਾਂ ਦੀ ਸਹਾਇਤਾ ਨਾਲ ਦਰਵਾਜ਼ਾ ਤੋੜਿਆ ਗਿਆ ਜਿੱਥੇ ਕਾਰਨ ਦਾ ਤਿੰਨ ਪਰਿਵਾਰਕ ਮੈਂਬਰ ਨੇ ਲਾਸ਼ਾਂ ਪਈਆਂ ਸਨ ਉੱਥੇ 45 ਸੰਦੀਨਦੇਵ ਅਰੋੜਾ ਨੂੰ ਲਾਸ਼ ਫੰਦਾ ਲਗਾ ਕੇ ਲੜਤੀ ਭ੍ਰਾਮਨ ਕੀਤੀ ਗਈ ਉਥੇ ਉਸਦੀ ਪਤਨੀ ਤੇ ਦੋ ਬੇਟੇ ਦੀਆਂ ਲਾਸ਼ਾਂ ਨੂੰ ਘਰ ਵਿੱਚ ਹੀ ਪਾਇਆ ਗਿਆ। ਉੱਥੇ ਹੀ ਲੱਗ ਰਿਹਾ ਸੀ ਕਿ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ ਤੇ ਪਿੱਛੋਂ ਆਪਣੀ ਜੀਵਨ ਲਾਸਮਤ ਕਰ ਲਈ ਗਈ ਹੈ। ਪੁਲਿਸ ਨੇ ਇਤਿਹਾਸਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਪੇਜ ਦਿੱਤਾ ਗਿਆ ਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।